ਸਵਾਗਤ ਕਰਦੇ ਜੀ ਪੰਜਾਬੀ ਸਿਲਾਈ ਕਢਾਈ ਚੈਨਲ ਤੇ। ਅੱਜ ਦੀ ਅਸੀਂ ਵੀਡੀਓ ਲੈ ਕੇ ਆਏ ਹਾਂਗੇ ਨਿਸ਼ਾਨ ਲਾ ਕੇ ਵਲ ਪਾਉਣ ਦੀ। ਤੁਸੀਂ ਬਹੁਤ ਹੀ ਜ਼ਿਆਦਾ ਸਾਨੂੰ ਕਮੈਂਟ ਕਰ ਰਹੇ ਸੀਗੇ ਵੀ ਸਾਨੂੰ ਵੀ ਨਿਸ਼ਾਨ ਲਾ ਕੇ ਵਲ ਪਾਉਣ ਦਾ ਤਰੀਕਾ ਦੱਸਿਆ ਜਾਵੇ। ਬਗੈਰ ਨਿਸ਼ਾਨਾਂ ਤੋਂ ਅਸੀਂ ਵੀਡੀਓ ਪਹਿਲਾਂ ਪਾ ਚੁੱਕੇ ਹਾਂਗੇ, ਇਸ ਵਿੱਚ ਆਪਾਂ ਨਿਸ਼ਾਨ ਲਾ ਕੇ ਵਲ ਪਾਵਾਂਗੇ। ਇਹ ਜਿਹੜੇ ਨਿਸ਼ਾਨ ਆਪਣੇ ਲਾਉਣੇ ਹੁੰਦੇ ਨੇ ਘੇਰ ਦੇ ਹਿਸਾਬ ਨਾਲ ਲਾਉਣੇ ਹੁੰਦੇ ਸਲਵਾਰ ਦੇ, ਜਿਸ ਤਰ੍ਹਾਂ ਕਿ ਆਪਣੇ ਕੋਲ ਸਲਵਾਰ ਆ, ਅਸੀਂ ਇਹ ਜੜ ਕੇ ਤਿਆਰ ਕਰ ਰੱਖੀ ਹੈਗੀ। ਇਸ ਦਾ ਜਿਹੜਾ ਘੇਰ ਆ ਉਹ ਫੁੱਲ ਘੇਰ ਹੈਗਾ, ਇਸ ਨੂੰ ਕਹਿੰਦੇ ਨੇ ਡਬਲ ਘੇਰ। ਸਲਵਾਰ ਦਾ ਜਿਹੜਾ ਘੇਰ ਆ ਇਹ ਡਬਲ ਆ, ਤੁਸੀਂ ਦੇਖੋ। ਇਸ ਦੇ ਵਿੱਚ ਆਪਾਂ ਵਲ ਪਾਵਾਂਗੇ ਨਿਸ਼ਾਨ ਲਾ ਕੇ। ਇਹ ਜਿਹੜਾ ਆਪਣੇ ਕੋਲ ਬੈਲਟ ਹੈਗਾ, ਬੈਲਟ ਇਹ ਭਾਰੀ ਨਾਪ ਦਾ ਗਾ, ਇਹ ਵੀ ਤੁਹਾਨੂੰ ਅਸੀਂ ਤਰੀਕਾ ਦੱਸਾਂਗੇ ਜਦੋਂ ਆਪਾਂ ਵਲ ਪਾਵਾਂਗੇ। ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਨ ਜਾ ਰਹੇ ਹਾਂਗੇ, ਤੁਸੀਂ ਧਿਆਨ ਨਾਲ ਦੇਖਣਾ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ ਜੀ, ਕਮੈਂਟ ਕਰਕੇ ਜ਼ਰੂਰ ਦੱਸਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ। ਜਿਹੜਾ ਬੈਲਟ ਆਪਣੇ ਬਣਾ ਕੇ ਤਿਆਰ ਕਰ ਰੱਖਿਆ ਹੈਗਾ, ਪਹਿਲਾਂ ਇਸਨੂੰ ਆਪਾਂ ਤੁਹਾਨੂੰ ਅਸੀਂ ਮਿਣ ਕੇ ਦਿਖਾਵਾਂਗੇ, ਉਸ ਤੋਂ ਬਾਅਦ ਇਸ ਉੱਪਰ ਟੋਕਾ ਲਾਵਾਂਗੇ। ਬੈਲਟ ਜਿਹੜਾ ਇਹਦਾ 28.5 ਇੰਚ ਦਾ ਹੈਗਾ। ਇਹ ਆਪਣੀ ਚਿੜੀ ਹੋ ਗਈ ਬੈਲਟ ਦੀ। ਬੈਲਟ ਤੁਹਾਨੂੰ ਅਸੀਂ ਉਲਟਾ ਕਰਕੇ ਦਿਖਾਉਂਦੇ ਹਾਂ ਪੁੱਠੀ ਸਾਈਡ, ਤਾਂ ਕਿ ਤੁਹਾਨੂੰ ਜਾਣਕਾਰੀ ਵਧੀਆ ਮਿਲ ਸਕੇ। ਇਹ ਆਪਣੀ ਚਿੜੀ ਹੈਗੀ। ਇੱਕ ਟੋਕਾ ਜਿਹੜੀ ਆਪਾਂ ਪਿਛਲੀ ਸਾਈਡ ਲਾਵਾਂਗੇ, ਉਸ ਤੋਂ ਬਾਅਦ ਇਸਨੂੰ ਆਪਾਂ ਡਬਲ ਕਰ ਲਾਂਗੇ। ਇੱਕ ਟੋਕਾ ਜਿਹੜੀ ਆਪਾਂ ਸੈਂਟਰ 'ਚ ਲਾਵਾਂਗੇ। ਇਹੜੀਆਂ ਟੋਕਾਂ ਦਾ ਬਹੁਤ ਹੀ ਜ਼ਿਆਦਾ ਮਹੱਤਵ ਆ ਜਦੋਂ ਆਪਾਂ ਬੈਲਟ ਲਾਉਂਦੇ ਹਾਂਗਾ, ਇਸ ਦੇ ਹਿਸਾਬ ਨਾਲ ਜਿਹੜਾ ਆਪਾਂ ਨੂੰ ਤਰੀਕਾ ਉਹ ਸਹੀ ਪਤਾ ਲੱਗ ਜਾਂਦਾ ਗਾ ਬੈਲਟ ਦਾ। ਇਸ ਤੋਂ ਬਾਅਦ ਇਹ ਸਲਵਾਰ ਜਿਹੜੀ ਆਪਾਂ ਨੇ ਜੜ ਕੇ ਤਿਆਰ ਕਰ ਰੱਖੀ ਹੈਗੀ। ਸਲਵਾਰ ਦੀ ਇਹ ਸਿੱਧੀ ਸਾਈਡ ਆ, ਇਹ ਵਾਲੀ ਆਪਣੀ ਉਲਟੀ ਸਾਈਡ ਆ। ਪਹਿਲਾਂ ਇਸ ਉੱਪਰ ਆਪਾਂ ਵਲ ਪਾਵਾਂਗੇ ਇਸਦੀ ਬੈਕ ਸਾਈਡ, ਉਸ ਤੋਂ ਬਾਅਦ ਜਿਹੜਾ ਬੈਲਟ ਦੇ ਨਿਸ਼ਾਨ ਲਾਉਣੇ ਨੇ ਉਹ ਤੁਹਾਨੂੰ ਅਸੀਂ ਦੱਸਾਂਗੇ। ਇਹ ਜਿਹੜੀ ਸਲਵਾਰ ਦੀ ਬੈਕ ਸਾਈਡ ਆ ਇਹ ਆਪਣੇ ਦੋ ਵਲ ਪਾ ਲੈਣੇ, ਇਸ ਤੋਂ ਬਾਅਦ ਆਪਾਂ ਬੈਲਟ ਦਾ ਨਿਸ਼ਾਨ ਲਾਵਾਂਗੇ। ਇਹ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖੋ ਤਾਂ ਕਿ ਤੁਹਾਨੂੰ ਜਿਹੜੀਆਂ ਬਰੀਕੀਆਂ ਨੇ ਇਸ ਵਿੱਚ ਉਹ ਚੰਗੀ ਤਰ੍ਹਾਂ ਸਮਝ ਆ ਜਾਣ। ਜਿਹੜੀ ਵੀ ਮੇਰੀ ਭੈਣ ਕੋਈ ਪਹਿਲੀ ਵਾਰੀ ਕੰਮ ਸਿੱਖਦੀ ਉਸ ਵਾਸਤੇ ਬਹੁਤ ਹੀ ਵਧੀਆ ਤਰੀਕਾ ਗਾ। ਇਹ ਆਪਣੀ ਸੈਂਟਰ ਵਾਲੀ ਟੋਕ ਹੋ ਗਈ, ਇਹ ਵਾਲੀ ਆਪਣੀ ਚਿੜੀ ਹੋ ਗਈ, ਇਹ ਵਾਲੀ ਆਪਣੀ ਪਿਛਲੀ ਟੋਕ ਹੋਗੀ। ਇਸਨੂੰ ਇਸ ਤਰ੍ਹਾਂ ਆਪਾਂ ਮਿਲਾ ਲਾਂਗੇ, ਉਸ ਤੋਂ ਬਾਅਦ ਇਸਦੇ ਸੈਂਟਰ 'ਚ ਰੱਖਾਂਗੇ। ਜਿਹੜੀ ਆਪਣੀ ਬੈਕ ਸਾਈਡ ਆਪਣੇ ਵਲ ਪਾਏ ਨੇ ਇਹ ਸਿਲਾਈ ਆ, ਇਸਦੇ ਸੈਂਟਰ ਵਿੱਚ ਰੱਖਾਂਗੇ। ਉਸ ਤੋਂ ਬਾਅਦ ਇਹ ਨਿਸ਼ਾਨ ਲਾ ਲਾਂਗੇ ਆਪਾਂ, ਇਸ ਤਰ੍ਹਾਂ ਦੋਨੇ ਸਾਈਡ ਆਪਾਂ ਨਿਸ਼ਾਨ ਲਾ ਲਾਂਗੇ ਇਹ ਵਾਲੇ। ਇਹ ਜਿਹੜੀ ਬੈਕ ਆਪਣੀ ਹੁਣ ਬਿਲਕੁਲ ਇਹ ਬਰਾਬਰ ਹੈ ਜੂਗੀ, ਆਪਾਂ ਨੂੰ ਪਿੱਛੇ ਨਿਸ਼ਾਨ ਲਾਉਣ ਦੀ ਜ਼ਰੂਰਤ ਨਹੀਂ ਹੈਗੀ। ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆਪਾਂ ਉਹ ਕਰਾਂਗੇ। ਉਸ ਤੋਂ ਬਾਅਦ 3 ਇੰਚ ਦਾ ਨਿਸ਼ਾਨ ਆਪਾਂ
ਇੱਥੇ ਲਾਵਾਂਗੇ। ਇਸ ਜਗ੍ਹਾ ਤੋਂ ਜਿਹੜੇ ਆਪਾਂ ਬਲ ਪਾਉਣੇ ਸਟਾਰਟ ਕਰਾਂਗੇ, ਪਹਿਲਾਂ ਅਸੀਂ ਤੁਹਾਨੂੰ ਨਿਸ਼ਾਨ ਲਾ ਕੇ ਦਿਖਾਉਂਦੇ ਹਾਂ। ਇਹ ਆਪਣਾ 3 ਇੰਚ ਦਾ ਗੈਪ ਆ। ਇਹ ਗੈਪ ਇਸ ਕਰਕੇ ਆ ਕਿਉਂਕਿ ਜਿਹੜੀ ਆਪਾਂ ਨੇ 3 ਇੰਚ ਅੰਦਰ ਬਲ ਰੱਖਣੇ ਹੁੰਦੇ ਨੇ ਬੈਲਟ ਦੇ, ਇਹ ਨਿਸ਼ਾਨ ਉਹ ਆ। ਇਸ ਤੋਂ ਆਪਾਂ ਜਿਹੜੇ ਬਲ ਪਾਉਣੇ ਨੇ ਉਹ ਸਟਾਰਟ ਕਰਾਂਗੇ। ਇਸ ਤਰ੍ਹਾਂ ਹੀ ਆਪਾਂ 3 ਇੰਚ ਦਾ ਨਿਸ਼ਾਨ ਦੂਸਰੀ ਸਾਈਡ ਲਾਵਾਂਗੇ। ਇਸ ਤਰ੍ਹਾਂ ਇਹ ਵੀ ਆਪਣਾ 3 ਇੰਚ ਦਾ ਨਿਸ਼ਾਨ ਹੋ ਗਿਆ। ਇਸ ਤੋਂ ਵੀ ਆਪਾਂ ਇਸ ਤਰ੍ਹਾਂ ਬਲ ਪਾਵਾਂਗੇ। ਉਸ ਤੋਂ ਬਾਅਦ ਆ ਗਿਆ ਆਪਣਾ ਬੈਲਟ। ਇਹ ਆਪਣੇ ਬੈਲਟ ਦੇ ਨਿਸ਼ਾਨ ਆ ਗਏ। ਇਹ ਜਿਹੜੇ ਆਪਣੇ 3-3 ਇੰਚ ਦੇ ਨਿਸ਼ਾਨ ਲਾਏ ਨੇ, ਇਹ ਵਾਲਾ ਨਿਸ਼ਾਨ ਇੱਕ ਆਪਣਾ, ਇਹ ਨਿਸ਼ਾਨ, ਇਹ ਆਪਣੇ 3-3 ਇੰਚ ਦੇ ਨਿਸ਼ਾਨ ਲਾਏ ਨੇ। ਇਹ ਨਿਸ਼ਾਨ ਜਿਹੜੇ ਆਪਣੇ ਅੰਦਰਲੀ ਸਾਈਡ ਹੋਣਗੇ ਜਿੱਥੇ ਆਪਾਂ ਬਲ ਪਾਉਣੇ ਸਟਾਰਟ ਕਰਾਂਗੇ। ਇਸ ਤਰ੍ਹਾਂ ਇਹ ਵਾਲੇ ਆਪਣੇ ਬੈਲਟ ਦੇ ਨਿਸ਼ਾਨ ਆ ਗਏ ਬਰਾਬਰ ਦੇ। ਉਸ ਤੋਂ ਬਾਅਦ ਤੁਹਾਨੂੰ ਅਸੀਂ ਬੈਲਟ ਦੀ ਕਾਰਵਾਈ ਦੱਸ ਦਿਆਂਗੇ। ਇਹ ਆਪਣੀ ਅਗਲੀ ਸਾਈਡ ਆ ਗਈ। ਜਿਹੜਾ ਆਪਣੇ 3 ਇੰਚ ਦਾ ਗੈਪ ਰੱਖਿਆ ਗਾ, ਉਹੀ 3 ਇੰਚ ਦਾ ਗੈਪ ਆਪਾਂ ਬੈਲਟ 'ਚ ਰੱਖਾਂਗੇ। ਇਸ ਤਰ੍ਹਾਂ ਦੂਸਰੀ ਸਾਈਡ ਵੀ ਆਪਾਂ 3 ਇੰਚ ਦਾ ਗੈਪ ਰੱਖਾਂਗੇ। ਇਸ ਤਰ੍ਹਾਂ ਹੁਣ ਜਿਹੜੇ ਆਪਣੇ ਬਲ ਪਾਉਣੇ ਨੇ, ਉਹ ਵਾਲੇ ਆਪਣੇ ਬਲ ਇਸ ਨਿਸ਼ਾਨ ਤੋਂ ਲੈ ਕੇ, ਆਪਣਾ ਗੈਪ 3 ਇੰਚ ਦਾ ਹੈ, ਤੁਸੀਂ ਧਿਆਨ ਨਾਲ ਦੇਖੋ। ਹੁਣ ਆਪਾਂ ਇਸ ਨਿਸ਼ਾਨ ਤੋਂ ਇਸਦੀ ਮਿਣਤੀ ਕਰਾਂਗੇ। ਜਿਹੜੇ ਆਪਣੇ ਬਲ ਆਉਣਗੇ ਉਹ ਆਉਣਗੇ 11.5 ਇੰਚ 'ਚ ਇੱਕ ਸਾਈਡ ਦੇ, ਦੂਸਰੀ ਸਾਈਡ ਦੇ ਵੀ ਆਪਣੇ ਬਲ 11.25 ਇੰਚ 'ਚ ਆਉਣਗੇ। ਇਹ ਵੀ ਆਪਣਾ 3 ਇੰਚ ਦਾ ਗੈਪ ਆ। ਇਹ ਨਿਸ਼ਾਨ ਵੀ ਬਲ ਵੀ ਆਪਣੇ 11.25 ਇੰਚ 'ਚ ਆਉਣਗੇ, ਇੱਧਰਲੇ ਬਲ ਵੀ 11.25 ਇੰਚ 'ਚ ਆਉਣਗੇ। ਇਸਨੂੰ ਆਪਾਂ ਇਸ ਤਰ੍ਹਾਂ ਸਟਾਰਟ ਕਰਾਂਗੇ ਬਲ ਪਾਉਣ ਵੇਲੇ। ਹੁਣ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਦਿਖਾਉਂਦੀ ਹਾਂ ਵੀ ਆਪਾਂ ਨਿਸ਼ਾਨ ਕਿਸ ਤਰ੍ਹਾਂ ਲਾਉਣੇ ਨੇ। ਇਹ ਆਪਣਾ ਇਸ ਤਰ੍ਹਾਂ ਹੋ ਜੂਗਾ, ਇਹ ਵਾਲਾ ਨਿਸ਼ਾਨ। ਇਹ ਤੁਸੀਂ ਦੇਖੋ ਆ ਨਿਸ਼ਾਨ ਆਪਣਾ ਬਰਾਬਰ ਆ। 3-3 ਇੰਚ ਦਾ ਗੈਪ, 3 ਇੰਚ ਦਾ ਗੈਪ ਹੀ ਬੈਲਟ 'ਚ ਆ, 3 ਇੰਚ ਦਾ ਗੈਪ ਹੀ ਆਪਣੇ ਸਲਵਾਰ ਵਾਲੇ ਕੱਪੜੇ 'ਚ ਆ। ਹੁਣ ਜਿਹੜੇ ਨਿਸ਼ਾਨ ਲਾਉਣੇ ਆਪਾਂ ਉਹ ਨਿਸ਼ਾਨ ਲਾਉਣੇ ਸਟਾਰਟ ਕਰਦੇ ਹਾਂ। ਇਹ ਆਪਣੀ ਬੈਕ ਸਾਈਡ ਆ ਗਈ। ਨਿਸ਼ਾਨ ਜਿਹੜੇ ਆਪਣੇ ਲਾਉਣੇ ਨੇ ਫਰੰਟ ਸਾਈਡ 'ਤੇ ਲਾਉਣੇ ਨੇ। ਹੁਣ ਤੁਹਾਨੂੰ ਅਸੀਂ ਇੱਕ ਵਾਰੀ ਕੱਪੜਾ ਸੈੱਟ ਕਰਕੇ ਦਿਖਾਉਂਦੇ ਹਾਂ ਵੀ ਕਿਸ ਤਰ੍ਹਾਂ ਆਪਣਾ ਕੱਪੜਾ ਗਾ ਰੱਖਣਾ ਆਪਾਂ ਨੇ। ਇਹ ਆਪਣੀ ਬੈਕ ਸਾਈਡ ਆ, ਬੈਕ ਸਾਈਡ ਵਾਲੇ ਵਾਲ ਆ ਗਏ। ਜਿਹੜੇ ਆਪਣੇ ਨਿਸ਼ਾਨ ਲਾਉਣੇ ਨੇ ਇਹ ਫਰੰਟ ਸਾਈਡ ਲਾਉਣੇ ਨੇ, ਇਹ ਆਪਣੀ ਸਾਰੀ ਫਰੰਟ ਸਾਈਡ ਆ। ਇੱਧਰ ਨਿਸ਼ਾਨ ਲਾਵਾਂਗੇ, ਉਸ ਤੋਂ ਬਾਅਦ ਇਸ ਨਿਸ਼ਾਨ ਤੋਂ ਆਪਾਂ ਇੱਧਰਲੀ ਸਾਈਡ ਲਾਵਾਂਗੇ। ਇਹ ਜਿਹੜੀ ਆਪਣੀ ਬੈਕ ਸਾਈਡ ਆ, ਇਹ ਨਿਸ਼ਾਨਾਂ ਤਾਂ ਇਸੇ ਤਰ੍ਹਾਂ ਹੀ ਰਹੂਗੀ। ਆਪਾਂ ਜਿਹੜਾ ਇਹ ਦੂਸਰਾ ਇੱਕ ਆਪਣਾ ਇਹ ਨਿਸ਼ਾਨ ਰਹਿ ਗਿਆ ਬੈਲਟ ਦਾ ਗਾ, ਇਹ ਆਪਣਾ ਅੰਦਰਲਾ ਨਿਸ਼ਾਨ ਆ। ਇਸ ਨਿਸ਼ਾਨ ਤੋਂ ਆਪਾਂ ਜਿਹੜੇ ਨਿਸ਼ਾਨ ਲਾਉਣੇ ਨੇ ਉਹ ਸਟਾਰਟ ਕਰਾਂਗੇ। ਇਹ ਆਪਣਾ 3 ਇੰਚ ਦੇ ਗੈਪ ਵਾਲਾ ਨਿਸ਼ਾਨ ਹੋ ਗਿਆ। ਇਸੇ ਤਰ੍ਹਾਂ ਹੀ ਆਪਾਂ ਨੇ 3-3 ਇੰਚ ਦੇ ਗੈਪ ਨਾਲ ਨਿਸ਼ਾਨ ਲਾਉਣੇ ਨੇ। ਇਹ ਨਿਸ਼ਾਨ ਲਾਉਣ ਦਾ ਤਰੀਕਾ ਇਹ ਹੁੰਦਾ ਹੈ, ਇਹ ਆ ਜਿਹੜੀ ਆਪਣੀ ਸਲਵਾਰ ਆ ਇਹ ਭਾਰੀ ਨਾਪ ਦੀ ਹੈਗੀ, ਇਸ ਲਈ ਆਪਾਂ 3 ਇੰਚ ਦੇ ਲਾਉਂਦੇ ਹਾਂਗੇ। ਜੇਕਰ ਤੁਹਾਡਾ ਨਾਪ ਪਤਲਾ ਤਾਂ ਤੁਸੀਂ ਇਹ ਜਿਹੜੇ ਨਿਸ਼ਾਨ ਨੇ 4 ਇੰਚ 'ਤੇ ਵੀ ਲਾ ਸਕਦੇ ਹੋਗੇ। ਇਸ ਤਰ੍ਹਾਂ 4-4 ਇੰਚ ਦੇ ਗੈਪ ਨਾਲ ਲਾ ਸਕਦੇ ਹੋ ਤੁਸੀਂ ਨਿਸ਼ਾਨ, ਜੇਕਰ ਤੁਹਾਡਾ ਨਾਪ ਪਤਲਾ ਗਾ। ਇਹ ਨਾਪ ਭਾਰੀ ਆ, ਇਸ ਲਈ ਆਪਾਂ ਇਹਨਾਂ ਨੂੰ 3-3 ਇੰਚ ਦੇ ਗੈਪ ਨਾਲ ਲਾਵਾਂਗੇ। ਇਸ ਤਰ੍ਹਾਂ ਇਹ ਆਪਣਾ 3-3 ਇੰਚ ਦਾ ਗੈਪ ਹੋ ਗਿਆ।
ये वाला आ गया अपना पौचा सलवार का। ये जिहड़ा तुहाडा तुसीं कई बार सानू कमेंट करे ने मैम साडी सलवार फिरदी आ, वो जिहड़ा सारा सीक्रेट हुंदा इसे विच ही हुंदा गा, ये भी मैं तुहानू दसूंगी। पहला इसनू आपां टोक लावांगे। ये जिहड़ा पौचा इहदे सेंटर विच आपां ने टोक ला ली हैगी इस तरह। ये टोक ते बाल होना बहुत ही जरूरी हैगा, जिहड़े आपां बाल पावांगे जेकर अपना बाल इस टोक ते हैगा अपनी सलवार कदे भी ये फिरूगी नहीं हैगी इस तरह। ये आपां ने निशान ला रखे ने तीन इंच दे गैप नाल। जेकर तुहाडा गैप ज़्यादा जां घट आउंदा इस विच तुहानू कोई भी घबराउण दी लोड़ नहीं हैगी। ये जिहड़ा हुण आपां निशान लावांगे ये लावांगे 4 इंच का। सारे निशान आपने 3-3 इंच दे लाए ने। ये जिहड़ी आपने टोक वाला बल पाउणा गा इस तरह, बालों का जिहड़ा मूँह आऊगा अपना अंदरली साइड आऊगा, इसनू आपां कर लिया 4 इंच का। इस बल नू 4 इंच का इस जिहड़ा अपने 4 इंच का निशान लाया गा, इस नाल तुहाडी सलवार आ जिहड़ी ओह कदे भी फिरूगी नहीं हैगी, एक साइड नहीं जाऊगी, बिल्कुल सैट आऊगी। उस तो बाद दोबारा फिर आपां 3-3 इंच दे निशान लावांगे। ये अपने 3-3 इंच दे निशान हो गए। ये वाली आ गई अपनी अंदरली सिलाई आसन वाली। ये सिलाई आ गई अपनी आसन वाली। इस बला नूं आपां इस तरह पावांगे। हुण आपां दूसरी साइड निशान लावांगे, अपनी एक साइड निशान लग गए। ਜੇਕਰ ਤੁਸੀਂ ਸਾਰੇ ਵਾਲੇ 4-4 ਇੰਚ 'ਚ ਲਾਉਣੇ ਨੇ ਨਿਸ਼ਾਨ, ਜਿਹੜਾ ਆਪਣੇ 4 ਇੰਚ ਵਾਲਾ ਲਾਇਆ ਤੁਸੀਂ ਇਸਨੂੰ ਵਧਾ ਕੇ 5 ਇੰਚ ਵੀ ਕਰ ਸਕਦੇ ਹੋਗੇ। ਜੇਕਰ ਤੁਹਾਡੇ ਸਾਰੇ ਨਿਸ਼ਾਨ 4-4 ਇੰਚ 'ਚ ਨੇ ਇਸਨੂੰ ਤੁਸੀਂ ਵਧਾ ਕੇ 5 ਇੰਚ ਵੀ ਕਰ ਸਕਦੇ ਹੋਗੇ, ਜਿਹੜਾ ਆਪਣੇ 4 ਇੰਚ 'ਚ ਲਾਇਆ ਗਾ। ਦੂਸਰੇ ਜਿਹੜੇ ਆਪਣੇ ਵਾਲ ਨੇ ਨਿਸ਼ਾਨ ਨੇ ਸਾਰੇ ਆਪਣੇ 3-3 ਇੰਚ 'ਚ ਨੇ। इस तरह ही आपां दूसरी साइड निशान ला लेंगे। ये अपने 2 निशान आ गए, बैल्ट वाला निशान आ, ये अपना अंदरला निशान आ। इस तरह 3-3 इंच के गैप नाल पाए लावांगे। ये अपना दूसरा पौचा आ गया। इस तरह ही इहदे आपां सेंटर 'च टोक ला लेंगे। ਇਹ ਵਾਲਾ ਆ ਗਿਆ ਆਪਣਾ ਕਰੀਜ ਵਾਲਾ ਨਿਸ਼ਾਨ। ਪਹਿਲਾਂ ਆਪਣੇ ਦੂਸਰੀ ਤਰਫ 4 ਇੰਚ 'ਤੇ ਲਾਇਆ ਸੀ, ਇਸਨੂੰ ਵੀ ਆਪਾਂ 4 ਇੰਚ 'ਤੇ ਲਾਵਾਂਗੇ। ਇਹ ਤੁਸੀਂ ਹਮੇਸ਼ਾ ਯਾਦ ਰੱਖੋ ਵੀ ਜਿਹੜੇ ਆਪਣੇ ਅੰਦਰਲੀ ਸਾਈਡ ਪਾਉਣੇ ਨੇ ਵਾਲ, ਇਹ ਉਸ ਸਾਈਡ ਹੀ ਲੱਗੂਗਾ। 4 ਇੰਚ ਵਾਲਾ ਨਿਸ਼ਾਨ ਦੂਸਰੀ ਸਾਈਡ ਨਹੀਂ ਲੱਗਦਾ ਹੈਗਾ, ਇਹ ਆਪਣੀ ਅੰਦਰਲੀ ਸਾਈਡ ਹੀ ਲੱਗੂਗਾ। ਉਸ ਤੋਂ ਬਾਅਦ ਦੁਬਾਰਾ ਫਿਰ ਆਪਾਂ 3 ਇੰਚ 'ਤੇ ਲਾਵਾਂਗੇ ਨਿਸ਼ਾਨ। ਇਸ ਤਰ੍ਹਾਂ इस तरह आप जो सारे निशान कंप्लीट कर लेंगे।
यह आ गया अपना आसन, ये वाला आ गया अपना आसन। हुण आपां बाल पौने स्टार्ट करते हैं, वो तुसी ध्यान नाल देखण, जिहड़े अपने बाल पौने ने वो 11.5 इंच विच पौने ने। जिहड़ा अपने 3 इंच का गैप रखना गा, उस तो बाद अपना ये जिहड़ी जगह है 11.5 इंच की है, एक साइड के बाला जिहड़े 11.5 इंच विच पावांगे आपां। जेकर तुसी पहली बार ही बाल पौने शुरू करने तो तुसी इस तरह शुरू करो, पहला ए वाले बाल पाओ, उस तो बाद इस तरह बाल पाओ। ये असी जिहड़े बाल स्टार्ट करांगे, असी बैक साइड तो स्टार्ट करांगे बाल पौने, बैक साइड तो स्टार्ट करांगे। ये वाला अपना बेल्ट वाला, इस वाल तो स्टार्ट करांगे इस तरह। ये आप इतों बाल पौने स्टार्ट करांगे, जिहड़ा अपने दूसरा निशान है जिहड़ा अपना इस तो, ये जिहड़े सारे निशान ने अपने 3-3 इंच दे ने। ये सलवार का नाप जिहड़ा भारी है, इसलिए अपने 3-3 इंच निशान लाए ने। जेकर नाप थोड़ा पतला तो तुसी इस ये निशाना नूं 4 इंच दे भी कर सकते होंगे, उस तो ज़्यादा भी कर सकते। जेकर थोड़ी सलवार का घेर ज़्यादा है तो, जेकर सलवार मीडियम है तो तुसी 3-3 इंच दे लाओ। ये आ गया अपना टोक वाला निशान, इसनों आप थोड़ा जहा बड़ा पावांगे। अपना निशान 4 इंच ते लाया सी, ये बड़ा निशान लाने का रीजन ये होंगे कि सलवार जी अपनी एक साइड पर जाती है, वो इस निशान नाल बिल्कुल नहीं जाती साइड पर। जेड़ा अपने बलों का गैप रखना, ये भी तुसी अपने हिसाब नाल रख सकते हो, ज़्यादा या घट, जिन्ने भी इंच च अपने बल पाने ने उस हिसाब नाल। जेड़े अपने बल पाने ने 11.5 इंच पावांगे एक साइड दे। ये आप जेड़े सारे बल 11.5 इंच पा लांगे एक साइड दे। ये अपने एक बाल रह गया, इस नाल जिहड़ा अपने 11.5 इंच दे कंप्लीट हो गए बाल एक साइड वाले। ये तुहानू असीं दिखाउणे चंगी तरह। जेकर तो बाल पहली बार नहीं सैट होंगे तो तुम इन्हों दोबारे देड़ के एक बारी दो बारी तीन बारी सैट जिन्ने बारी च भी होने उन्ने बार इन्हों सैट करके पाओ बालों। ये निशान तो अपन शुरू करांगे, पहला अपने दूसरी साइड रखा से, हूँ इन्हों का जोड़ा बलों का मूँह सामने सामने रखांगे। ये अपनी दूसरी साइड के बल है, इस तरह जी आप सारिया प्लेटा पा लेंगे। ये वाला अपना दोबारा फेर आ गया टोक वाला निशान, जिहड़ा पौचे वाला, ये अपना 4 इंच का गैप हैगा। ये तुसी ध्यान नाल देखो इसनों, ये थोड़ा जिहा अपना जिहड़ा ये प्लेट हुंदा दूसरे प्लेटा नालों ज़्यादा ही हुंदा ये। जे
जिहड़ी इधरली साइड है इसनों भी आप 11:15 विच कंप्लीट कर लांगे। ये अपने बाल पौने ने हमेशा बैल्ट के हिसाब न होंगे ने, जिन्ना थोड़ा बैल्ट हैगा 3 इंच का गैप छड के उसनों तुसी मान लो भी थोड़े बाल भी किन्ने इंच विच पैणगे उस हिसाब न ये बाल पैंदे ने नाप के हिसाब न। ये दोनों साइड जी अपनी 11:15 इंच की तैयार आ गई बल पै के, तो उस एक बार दोबारा फिर दिखाने आगे मिण के तुम देखो बिल्कुल अपने बराबर ने बल दोनों साइड के। ये अपनी बैक वाली साइड आ गई, ये अपने दोनों साइड सीधी रखांगे। बैल्ट की जिहड़ी चिड़ी है अपने उत्थों निशान रखिया है कपड़ा जिहड़ा, ये आ गई अपनी आसन वाली सिलाई, उस तो शुरू करांगे। ये जिहड़ी अपनी सिलाई बलां ली लगी है उस उपर ही सिलाई लावांगे आपां दूसरी भी। तुहानूं असीं निशान डार्क करके दिखाउने आ, ये तुसीं देखो ये अपना उही निशान आ, दूसरी अपनी टोक होगी। ये जिहड़ा अपना पहला पार्ट आ वह कंप्लीट हो गया, उस तो बाद दूसरा पार्ट है अपना आसन तक का। ये अपनी पिछली टोक आ गई, ये अपने पिछले प्लेट आ गए बिल्कुल बराबर ने। जिहड़ा अपना दूसरा पार्ट है भी बिल्कुल सही है। ये अपना सारे आसन वाली सिलाई है, उस तो बाद ये आ गया अपना तीसरा पार्ट, ये भी बिल्कुल सही है। ये तुसी देखो टोक आ गई अपनी, ये वाला निशान आ गया बैल्ट वाले अद्ध दे वाले, उस तो बाद ये आ गया अपना चौथा पार्ट। देखो तुसी कोई भी ढिल नहीं, बिल्कुल सही है। इस तरह निशान लग के बल पाओ तुसी जेकर तुसी बैल्ट लाना सीखना गा। ये सिलाई जी बलों दबण वास्ते अपनी प्लेटा हूँ थानू असी दिखाने सैट करके, इस तो बाद एक सिलाई आप दोबारा लावे इस उपर बैल्ट उपर। आप देखो अपनी बैक साइड आ गई, ये आ गई अपनी फ्रंट साइड। बहुत ही वधिया तरीके जिहड़ी अपन प्लेटा बैठ के तैयार ने, दोनों साइड 3-3 इंच का गैप अपना, ये गैप जिहड़ा रखना बहुत ही जरूरी है, इस नाल सलवार जिहड़ी कदे भी एक साइड ते नहीं जाती हैगी बाहरली साइड। उस तो बाद एक सिलाई आप उपर लावांगे प्लेटा नूं दबण दे लई। कमेंट करके जरूर दस्सिओ जी तुहानूं साडी वीडियो किवें लगी, ताकि सानू पता लगता रहिंदा भी साडियां वीडियो तुहानू पसंद आउंदियां ने। ये तुसी देखो बिल्कुल तैयार आ गई बैल्ट लग के सलवार अपनी। धन्यवाद जी।